ਕੀ ਗੱਲ ਲੈ ਵੇ ਸਵੇਰੇ ਸਵੇਰੇ ਡਾਂਸ ਆ ਹਾਂ ਹੋ ਨਹੀਂ ਮੈਂ ਚੁੱਕਣਾ ਇਹ ਬੜਕਾ ਆ ਗਿਆ ਸਾਰਾ ਤੇ ਦਾਦਾ ਨੂੰ ਲੈ ਵੀ ਇਹ ਮੇਰੇ ਨਾਲ ਗਿਆ ਸੈਰ ਕਰਨ ਹੈ ਅਤੇ ਇੱਕ ਆ ਨਵਾਂ ਇੱਕ ਸ਼ਾਮਿਲ ਹੋਇਆ ਸਾਡੇ ਇਹਨਾਂ ਦੇ ਗਰੁੱਪ ਦੇ ਵਿੱਚ ਸਾਡੇ ਘਰ ਦੇ ਬਾਹਰ ਆਉਂਦਾ ਹੈ ਤਿੰਨ ਚਾਰ ਦਿਨ ਹੋ ਗਏ ਸੀ ਅੱਛਾ ਅੱਛਾ ਚਲ ਆ ਜਾ ਆਨੰਦ ਲੈ ਆਨੰਦ ਉਹ ਤੇਰਾ ਭਲਾ ਤੇਰੇ ਨੌ ਉੜ ਤਿੱਖੇ ਗਰੂ ਆ ਨਾ ਪੁੱਤ ਨੌ ਤੇਰੇ ਬਹੁਤ ਤਿੱਖੇ ਬਹੁਤ ਜ਼ਿਆਦਾ ਤਿੱਖੇ ਨੌ ਤੇਰੇ ਨੌ ਮਾਰਤੇ ਚਲ ਆ ਜਾ ਉਹ ਨਾ ਤੇਰੇ ਨੌ ਉੜ ਤਿੱਖੇ ਤੇਰੇ ਗਰੂ ਆ ਆ ਜਾ ਆ ਜਾ ਚੱਲ ਚੱਲ ਲੈ ਵੀ ਗੁੱਡ ਮੋਰਨਿੰਗ ਹੋਈ ਪਈ ਜੀ ਅੱਜ ਮੈਂ ਜਿੰਮ ਨਹੀਂ ਜਾਣਾ ਅਤੇ ਅੱਜ ਮੈਂ ਉੱਠ ਪਿਆ ਸਗੋਂ 5:30 ਅਤੇ ਮਿੱਤਰੋ ਟਾਈਮ ਹੋ ਗਿਆ ਜੀ 6:30 ਦਾ ਅਤੇ ਵਿਊ ਚੈੱਕ ਕਰੋ ਤੁਸੀਂ ਕਾਹਨੂੰ ਗੱਲਾਂ ਲਾ ਜੀ ਐ ਜਮਾਂ ਸ਼ਾਂਤੀ ਕੋਈ ਰੌਲਾ ਰੱਪਾ ਨਹੀਂ ਹੈ ਹਾਲੇ ਸੈਰ ਕਰਨ ਦਾ ਆਨੰਦ ਹੀ ਉਡਾਉਂਦਾ ਹੁਣ ਕਰਿਆ ਕਰਾਂਗੇ ਮੌਸਮ ਹੋ ਗਿਆ ਸਹੀ ਹੈ ਨਾ ਮੌਸਮ ਹੁਣ ਥੋੜ੍ਹਾ ਜਿਹਾ ਢਲਦਾ ਜਾਂਦਾ ਜਿੱਦਾਂ ਜ਼ਿਆਦਾ ਚਮਾਸਾ ਜਿਹਾ ਲੱਗਦਾ ਸੀ ਨਾ ਗਰਮੀ ਦਾ ਉਹ ਘੱਟ ਗਿਆ ਹਾਂ ਭਾਈ ਚੱਲ 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 ਆਹ ਨਾ ਸਾਡੇ ਘਰ 10 ਦਿਨ ਪਹਿਲਾਂ ਆਇਆ ਸੀ ਬਾਹਰ ਇਹਨੂੰ ਮੈਂ ਸਵੇਰੇ ਸ਼ਾਮ ਰੋਟੀਆਂ ਪਾ ਦੇਣਾ ਚਿਰ ਨੂੰ ਅਤੇ ਇਹ ਹੁਣ ਇੱਥੇ ਰਹਿਣ ਡਿਆ ਵਿਆ ਪੱਕਾ ਜੀ ਮੈਂ ਤਾਂ ਮਾਂ ਵੀਰ ਨੂੰ ਕਿਹਾ ਮੈਂ ਜੇ ਮੈਂ ਕਿਤੇ ਨਾ ਇੱਥੇ ਆਵਾਂ ਤਾਂ ਰੋਟੀ ਜ਼ਰੂਰ ਪਾ ਦਿਆ ਕਰੋ ਰੋਟੀਆਂ ਸਾਰੇ ਸਿਰੇ ਖਾਂਦੇ 2 ਸ਼ਾਮਾਂ ਹੈ ਨਾ ਇਹ ਇੱਕ ਬੋਲ ਨਹੀਂ ਸਕਦੇ ਆਪਣੇ ਮੂੰਹ ਤੋਂ ਅਤੇ ਪਿਆਰ ਜਿੰਨਾ ਇਹ ਕਰਦੇ ਨਾ ਉਨਾ ਆਪਾਂ ਨੂੰ ਇਨਸਾਨ ਨਹੀਂ ਕਰ ਸਕਦੇ ਕਿਉਂਕਿ ਇਨਸਾਨਾਂ ਨੂੰ ਕਿਤੇ ਨਾ ਕਿਤੇ ਫਿਰ ਵੀ ਕਿਤੇ ਮਤਲਬ ਹੁੰਦਾ ਇਹਨਾਂ ਨੂੰ ਕੋਈ ਮਤਲਬ ਨਹੀਂ ਸਿਰਫ ਇੱਕ ਰੋਟੀ ਦਾ ਕੋਈ ਤੁਸੀਂ ਨਾ ਪਾਈ ਨਾ ਇਹਨਾਂ ਤਾਂ ਹੀ ਗੁੱਸਾ ਥੋੜ੍ਹੀ ਕਰਨਾ ਵਾ ਇਨਸਾਨਾਂ ਦਾ ਇੱਥੇ ਉਹ ਹਾਲ ਆ ਕਿ ਜੇ ਤੁਸੀਂ 10 ਚੀਜ਼ ਇਹਨਾਂ ਨੂੰ ਦੇਤੀ ਆ ਇੱਕ ਨਾ ਕਰਤਾ ਨਾ ਪਿਛਲੀ 10 ਭੁੱਲ ਜਾਣੀ ਆ ਇਹਨਾਂ 'ਚ ਇਹ ਚੀਜ਼ ਨਹੀਂ ਹੈਗੀ ਇਹਨਾਂ ਨੇ ਸਿਰਫ ਤੁਹਾਡੇ ਨਾਲ ਲਾਡ ਕਰਨਾ ਤੁਸੀਂ ਜਦੋਂ ਸ਼ਹਿਰੋਂ ਆਉਣਾ ਮੈਂ ਮੰਨ ਲਓ ਜਦੋਂ ਸ਼ਹਿਰੋਂ ਆਉਣਾ ਹੈ ਨਾ ਕਿਤੇ ਵੀ ਆਉਣਾ ਅਤੇ ਇਹਨਾਂ ਤਿੰਨਾਂ ਦੇ ਭਾਦੀ ਬਣੀ ਹੁੰਦੀ ਕਿ ਬਸ ਢਿੱਲੋ ਸਾਨੂੰ ਇੱਕ ਨਾ ਮਿਲ ਲਵੇ ਹੈ ਨਾ ਲੱਤਾਂ 'ਚ ਵੱਜੀ ਇਹਨਾਂ ਨੇ ਆ ਕੇ ਅਤੇ ਇੱਕ ਆ ਨਵਾਂ ਹੁਣ ਜਿਹੜਾ ਬਾਹਰ ਆਇਆ ਇਹਨੂੰ ਵੀ ਰਾਤੀ ਮੈਂ ਜਦੋਂ ਬਾਹਰ ਸੈਰ ਕਰਨ ਗਿਆ ਤਾਂ ਮੈਂ ਗੇਟ ਮਾਰਤਾ ਇਹ ਗੇਟ ਦੇ ਬਾਹਰ ਭੌਂਕੇ ਕਿ ਮੈਨੂੰ ਵੀ ਅੰਦਰ ਵਾੜ ਹੈ ਨਾ ਅਤੇ ਇਹ ਮੂੰਹ ਵਿਖਾਉਂਦਾ ਇਹ ਵਿਚਾਰਾ ਪੂਰਾ ਆਨੰਦ ਲੈ ਕਰੋ ਆਨੰਦ ਹੈ ਲੈ ਜੀ ਮਿੱਤਰਾ ਬੰਦਿਆਂ ਨੂੰ ਉਠਾਈ ਹੈ ਆਪਣਿਆਂ ਨੂੰ ਅੱਜ ਜਾਣਾ ਟਾਈਮ ਸਿਰ ਮੈਂ ਗੁਰੂ ਮਹਾਰਾਜ ਦਰਸ਼ਨਾਂ ਨੂੰ ਕਰਾ ਕੇ ਲਿਆਵਾਂ ਕਿਤੇ ਤੁਹਾਡੇ ਕਿਤੇ ਮਾੜੇ ਮੋਟੇ ਪਾਪ ਧੁੱਪ ਜਾਣ ਲੈ ਵੀ ਮਿੱਤਰਾ ਮੈਂ ਆਪਣੇ ਨਾਲ ਜਾਣਾ 2-3 ਵਾਰਾਂ ਠਾਇਆ 2-3 ਵਾਰਾਂ ਹਾਂ ਭਾਈ ਆਹ ਨਹੀਂ ਮੇਰਾ ਖੇੜਾ ਛੱਡਦਾ ਓਏ ਕੀ ਗੱਲ ਆ ਨਿਬੜ ਕੇ ਆ ਗਿਆ ਬਾਹਰੋਂ ਤੈਨੂੰ ਕਿੱਦਾਂ ਚੁੱਕਿਆ ਹੁਣ ਮਿਲ ਹੈ ਦਾਦਾ ਨੂੰ ਓਏ ਕਿਆ ਗੱਲਬਾਤ ਕਰ ਲੈਂਦੇ ਕੋਈ ਕਹਿੰਦਾ ਨਾ 3-4 ਵਾਰ ਠਾਇਆ 2 ਵਾਰਾਂ ਠਾਇਆ 2-3 ਵਾਰਾਂ ਪਹਿਲਾਂ ਜਦੋਂ ਮੈਂ ਸਵੇਰੇ ਉੱਠਿਆ ਉਦੋਂ ਆਵਾਜ਼ ਮਾਰੀ ਫਿਰ ਮੈਂ ਸੈਰ ਕਰਨ ਗਿਆ ਉਦੋਂ ਆਵਾਜ਼ ਮਾਰੀ ਹੁਣ ਮੈਂ ਚੇਚਾ ਗਿਆ ਇੱਕ ਵਾਰ ਮੈਂ ਉੱਠ ਪੋ ਭਰਾਵਾ ਹੈ ਕਿਉਂ ਸ਼ਰਮ ਲਾਈ ਆ ਉੱਠਣ ਦਾ ਨਾਂ ਨਹੀਂ ਲੈਣ ਡੇ ਅਤੇ ਹੁਣ ਆਪਾਂ ਨਹਾਈਏ ਅਤੇ ਮਤਲਬ ਨਹਾ ਧੋ ਗੁਰੂ ਮਹਾਰਾਜ ਦਾ ਪਾਠ ਕਰਦੇ ਹਾਂ ਉਦੋਂ ਤੱਕ ਜੇ ਉੱਠ ਪਏ ਠੀਕ ਆ ਅਤੇ ਨਹੀਂ ਤਾਂ ਫਿਰ ਆਪਾਂ ਚਾਲੇ ਪਾ ਦੇਣੇ ਰੋਟੀਆਂ ਨੂੰ ਦੇ ਦਈਏ ਮਾਤਾ ਆਪਾਂ ਦਾਲ ਬਣੀ ਬੜੀ ਸਵਾਦ ਦਾਲ ਤਾਂ ਆਪਣੀ ਫੇਵਰੇਟ ਹੈ ਬਾਈ ਰੋਜ਼ ਹੀ ਘਰ ਦੀ ਬਣਾਈ ਹੈ ਨਾ ਇਹ ਤੋਂ ਨਹੀਂ ਕਦੀ ਵੀ ਮਨ ਭਰਦਾ ਨਾਲ ਚੌਲ ਪੱਕੇ ਚੱਲਦੇ ਜੀ ਅਤੇ ਨਾਲ ਅੱਜ ਰੋਟੀਆਂ ਫਿਰ ਚੱਲਦੇ ਹਾਂ ਗੁਰਦੁਆਰਾ ਸਾਹਿਬ ਅਤੇ ਗੁਰੂ ਮਾਂ ਦਾ ਪਾਠ ਆਪਾਂ ਲਿਆ ਕਰ ਪਾਠ ਕਰਕੇ ਨਾਲ ਹੀ ਪ੍ਰਸ਼ਾਦਾ ਪਾਣੀ ਛੱਕ ਕੇ ਅਤੇ ਫਿਰ ਚੱਲਦੇ ਵੀਰਾਂ ਭਰਾਵਾਂ ਨੂੰ ਮਿਲ ਕੇ ਅਤੇ ਆਪਾਂ ਪਾ ਤੇ ਚੱਲੇ ਆਪਾਂ ਕਰਕੇ ਗੁਰੂ ਮਹਾਰਾਜ ਦਰਸ਼ਨ ਮਿਲੇ ਕਿਉਂ ਵੀ ਬਾਬਾ ਬਾਬਾ ਮੇਰਾ ਡਿਊਟੀਦਾਰ ਬਣਿਆ ਕੱਲ੍ਹ ਦਾ ਪੱਕਾ ਸਵੇਰੇ ਸਵੇਰੇ ਇਹੋ ਮੇਰੇ ਨਾਲ ਜਾਂਦਾ ਹੋਣਾ ਹੈ
ਤੇ ਮਹਾਂਵੀਰ ਨੂੰ ਤੇ ਸ਼ੇਰੀ ਨੂੰ ਤੇ ਮੰਨੇ ਨੂੰ ਮੈਂ ਕਿਹਾ ਮੈਂ ਤੁਸੀਂ ਰੂਬੀਕੋਨ ਤੋਂ ਆਓ, ਕਿਉਂਕਿ ਸਾਡਾ ਪਲੈਨ ਮਿੱਤਰੋ ਹੋ ਗਿਆ ਚੇਂਜ, ਪਲੈਨ ਇੱਦਾਂ ਚੇਂਜ ਹੋ ਗਿਆ ਕਿ ਅਸੀਂ ਪਹਿਲਾਂ ਸੋਚਿਆ ਕੱਲ੍ਹ ਜਾਵਾਂਗੇ ਚੰਡੀਗੜ੍ਹ, ਫਿਰ ਅਸੀਂ ਸੋਚਿਆ ਕਿ ਜਲੰਧਰ ਸਾਨੂੰ ਇੱਕ ਕੰਮ ਆ ਹੈ ਨਾ, ਅਤੇ ਉਹ ਕੰਮ ਕਰਕੇ ਸਾਨੂੰ ਇਹ ਕਿ ਅਸੀਂ ਪਰਾਂ ਦੀ ਪਰਾਂ ਨਿਕਲ ਜਾਵਾਂਗੇ ਹੈ ਨਾ, ਅਤੇ ਫਿਰ ਅਸੀਂ ਸੋਚਿਆ ਕਿ ਗੁਰੂ ਮਹਾਰਾਜ ਦਰਸ਼ਨ ਮਿਲੇ ਕਰਕੇ ਮੈਂ ਗੱਡੀ 'ਤੇ ਵਾਲੋ ਦੀ ਨਾਲੇ ਰੂਬੀਕੋਨ ਬਹੁਤ ਜ਼ਿਆਦਾ ਗੰਦੀ ਹੋਈ ਅਤੇ ਹਜੇ ਮੀਂਹ ਮੂੰਹ ਦਾ ਮੌਸ ਹੈ ਨਹੀਂ ਇੱਡਾ ਮੋਲ ਹੈ ਨਾ, ਅਤੇ ਮੈਂ ਕਿਹਾ ਜਦੋਂ ਮਾੜਾ ਜਿਹਾ ਪਾਣੀ ਮਿਲਾ ਲਓ ਦੀ ਨਾਲੇ, ਅਤੇ ਆਪਾਂ ਬਾਬਾ ਜੀ ਦਰਸ਼ਨ ਮਿਲੇ ਕਰਕੇ ਅਤੇ ਫਿਰ ਜਨਿਆਲੇ ਇਹਨਾਂ ਨੂੰ ਚੱਕ ਕੇ ਅੰਬਰਸਰ ਕੰਮ ਨੇ ਕਿਨੇ ਕਿਤੇ ਬਹੁਤ ਜ਼ਿਆਦਾ ਜੇ ਦੇਖਿਆ ਜਾਵੇ ਫਿਰ ਤਾਂ ਕੰਮ ਮੁੱਕਦੇ ਨਹੀਂ ਆ, ਪਰ ਇਹ ਕਰਨੇ ਤਾਂ ਪੈਣੇ ਹੀ ਹੁਣ ਹੈ ਨਾ, ਅਤੇ ਕੱਲ੍ਹ ਟਾਈਲਾਂ ਸਲੇਟ ਕੀਤੀਆਂ ਸੀ ਅੰਬਰਸਰ ਉਹਨਾਂ ਦੀ ਥੋੜ੍ਹੀ ਪੇਮੈਂਟ ਫੜਾ ਕੇ ਆਉਣੀ ਆ ਉਹ ਕੰਮ ਕਰਕੇ, ਅਤੇ ਇੱਕ ਇਹਦੀ ਫਿਲਮਿੰਗ ਦਾ ਵੀ ਪੁੱਛਣਾ, ਇੱਕ ਹੈਗਾ ਐਤਵਾਰ ਅੱਜ ਨਾ, ਅਤੇ ਇਹ ਆਪਾਂ ਨੂੰ ਆਦਤ ਹੀ ਨਹੀਂ ਹੈਗੀ ਤੁਹਾਨੂੰ ਸਾਈਕਲ ਦੱਸਾਂ ਨਾ, ਪਿਛਲਾ ਸ਼ੀਸ਼ਾ ਮਾੜਾ ਜਿਹਾ ਜਿੱਦਾਂ ਚਲੋ ਆਪਾਂ ਇਹ ਨਹੀਂ ਕਹਿੰਦੇ ਤੁਸੀਂ ਕਰਾਓ ਹੈ ਨਾ, ਹਰ ਇੱਕ ਦਾ ਆਪਾਂ ਆਪਣਾ ਸਿਸਟਮ ਹੁੰਦਾ ਵਾ ਕਿ ਉਹ ਇੱਕ ਸੇਫ ਸਾਈਡ ਲੈ ਕੇ ਕਿ ਪਿਛਲਾ ਸ਼ੀਸ਼ਾ ਜਦੋਂ ਮਾੜਾ ਹੋਵੇ ਜਾਂ ਜਾਲੀ ਲੱਗੀ ਹੋਵੇ ਜਾਂ ਸ਼ੀਸ਼ਾ ਮਾੜਾ ਜਿਹਾ ਕਰਾਇਆ ਹੋਵੇ ਨਾ ਕਾਲਾ, ਕਿ ਪਿੱਛੋਂ ਦਿਖਦਾ ਨਹੀਂ ਗੱਡੀ 'ਚ ਕਿੰਨੇ ਬੰਦੇ ਬੈਠੇ ਹੈ ਨਾ, ਅਤੇ ਉਹ ਚੀਜ਼ ਕਰਕੇ ਆਪ ਮੈਂ ਤਾਂ ਕਰਵਾ ਛੱਡ ਦਿੰਦਾ, ਬਾਕੀ ਜਿਹੜੀ ਚੀਜ਼ ਗਲਤ ਹੈ ਤਾਂ ਗਲਤ ਆ ਹੈ ਨਾ, ਜਦੋਂ ਕਿਤੇ ਕੋਈ ਅਫਸਰ ਆਪਾਂ ਨੂੰ ਮਿਲ ਪਏ ਜਾਂ ਕਿਤੇ ਵੀ ਕੋਈ ਇਹੋ ਜਿਹੀ ਗੱਲਬਾਤ ਹੋਵੇ ਤਾਂ ਆਪਣਾ ਚੁੱਪ ਕਰਕੇ ਬੰਦਾ ਮੌਕੇ ਦਾ ਚਲਾਣ ਕਰਵਾ ਲਏ ਹੈ ਨਾ, ਇਹੋ ਚੀਜ਼ ਕੋਈ ਸੱਜਣ ਮਿਲਿਆ ਆਪਾਂ ਨੂੰ ਅੱਡੇ 'ਤੇ ਹੁਣ, ਅਸੀਂ ਘਰੋਂ ਨਿਕਲਣ ਡੇ ਅਸੀਂ ਅਤੇ ਵੀਰ ਡੁਬਈ ਤੋਂ ਪਤਾ ਨਹੀਂ ਕਿਹੜੀ ਕੰਟਰੀ ਤੋਂ ਆਇਆ ਸੀ ਅੰਮ੍ਰਿਤਸਰ ਉਤਰਿਆ ਏਅਰਪੋਰਟ 'ਤੇ, ਅਤੇ ਬਾਈ ਕਹਿਣ ਡਿਆ ਕਹਿੰਦਾ ਬਾਈ ਸਿੱਧਾ ਹੀ ਗੱਡੀ 'ਤੇ ਰਲ ਖਿੱਚਦੀ ਅਤੇ ਮਿੰਟ ਦੋਵਾਂ ਦਾ ਫਰਕ ਪੈਣਾ ਸੀ, ਅਸੀਂ ਗੁਰਦੁਆਰਾ ਸਾਹਿਬ ਚਲ ਜਾਣਾ ਸੀ ਉਹਨਾਂ ਵਿਚਾਰਿਆਂ ਘਰ ਚਲ ਜਾਣਾ ਸੀ ਹੈ ਨਾ, ਅਤੇ ਸਰਪੰਚ ਨਾਲ ਕੱਢ ਲਈ ਨਾਲ ਹੀ ਗੱਡੀ, ਜਾਓ ਭਾਈ ਤੁਸੀਂ ਗੱਡੀ ਕਰਾਓ ਵਾਸ਼ ਹੀ ਜਾ ਕੇ, ਅਸੀਂ ਵੀ ਆ ਗਏ ਤੁਹਾਡੇ ਮਗਰ ਮਗਰ ਰਾਣੀ ਸੁੰਦਰਾ ਜੀ ਧੂਆ ਧੂ ਕੇ ਫਿਰ ਚੰਡੀਗੜ੍ਹ ਜਾਣਗੀਆਂ ਬੁੱਕਦੀਆਂ ਦੋਵੇਂ ਰਾਣੀਆਂ ਹੈਂ ਗੁਰੂ, ਮੈਂ ਤਾਂ ਅੱਜ ਆਉਂਦੀ ਵੇਖੀ ਆ, ਨਹੀਂ ਤਾਂ ਮੈਂ ਤਾਂ ਤਕਰੀਬਨ ਜ਼ਿਆਦਾ ਆਪ ਹੀ ਚਲਾਉਂਦੇ ਨਾ, ਆਪਾਂ ਜਦੋਂ ਵੀਰਾਂ ਨੂੰ ਮਿਲ ਨਹੀਂ ਡਿਆ ਸੀ ਅੱਡੇ 'ਤੇ, ਹੁਣ ਆਉਣ ਨਹੀਂ ਡੇ ਗੱਡੀ ਇੱਧਰੋਂ ਪੂਰੀ ਕੂਕਾ ਮਾਰਦੀ ਜੈਂਬਰੀ ਲੱਗਦੀ ਮਿੱਤਰੋ ਸੱਚੀ ਯਾਰ, ਪੈਸੇ ਲੱਗਦਾ ਮੁੱਲ ਮੋੜਦੀ, ਮੈਂ ਵੀ ਇਹ ਗੱਡੀ ਤੋਂ ਇਹ ਚੀਜ਼ ਐਕਸਪੈਕਟ ਨਹੀਂ ਕੀਤੀ ਸੀ ਜਿੰਨੀ ਮਤਲਬ ਕਿ ਇਹਨੇ ਪਰਫੋਰਮੈਂਸ ਜਿੱਡੀ ਵਧੀਆ ਦਿੱਤੀ ਹੈ ਹੈ ਨਾ, ਅਤੇ ਬਾਕੀ ਇਹ ਬਾਬੇ ਦੀਆਂ ਮਿਹਰਾਂ ਰਹਿਮਤਾਂ ਨਾ ਪਈ, ਆਪਾਂ ਪਹਿਲਾਂ ਵੀ ਵਲੋਗਾਂ 'ਚ ਕਹੀਦਾ ਹੁਣ ਵੀ ਕਹਿੰਦੇ ਹਾਂ, ਆਪਣਾ ਕੁਛ ਵੀ ਨਹੀਂ ਆ, ਉਹ ਮਾਲਕ ਦੀਆਂ ਮਿਹਰਾਂ ਰਹਿਮਤਾਂ ਨਾ ਉਹੋ ਹੀ ਸਵਾਵੇ ਅਤੇ ਉਹੀ ਜਗਾਵੇ ਹੈਂ, ਉਹਨੇ ਆਪਾਂ ਨੂੰ ਭੇਜਿਆ, ਉਹਨੇ ਆਪਣੇ ਕਰਮ ਜਿਹੜੇ ਚੰਗੇ ਮਾੜੇ ਉਹਦੇ ਹੱਥ ਵੱਸ 'ਚ ਸਾਰਾ ਕੁਛ, ਕਹਿੰਦੇ ਨਾ ਕਿ ਜੋ ਕਰਮਾ ਲਿਖਿਆ ਉਹੀ ਹੁੰਦਾ, ਮੈਂ ਇਹ ਗੱਲ ਨਹੀਂ ਮੰਨਦਾ ਕਰਮ ਬਦਲੇ ਜਾ ਸਕਦੇ ਜੇ ਆਪਾਂ ਉਹਦੇ ਘਰ ਜਾਂਦੇ ਹਾਂ ਨਾ, ਅਤੇ ਬਾਕੀ ਉਹਨੇ ਜੋ ਲਿਖਿਆ ਨੇ ਵਧੀਆ ਲਿਖਿਆ, ਉਹਦਾ ਭਾਣਾ ਮੰਨਣਾ ਚਾਹੀਦਾ ਹੈ ਨਾ, ਸਾਰੀ ਉਮਰ ਬੰਦੇ ਲਾਲਸਾ ਨਹੀਂ ਮੁੱਕਦੀ, ਬੰਦਾ ਜੇ ਇੱਕ ਚੀਜ਼ ਬੰਦੇ ਨੂੰ ਮਿਲਦੀ ਬੰਦਾ ਸੋਚਦਾ ਨਾ ਮੈਂ ਉਹ ਵੀ ਕਰ ਲਾਂ ਉਹ ਵੀ ਕਰ ਲਾਂ ਉਹ ਵੀ ਕਰ ਲਾਂ ਹੈ ਨਾ, ਸਾਰੀ ਉਮਰ ਇੱਦਾਂ ਕੱਢ ਲੈਂਦੇ ਹਾਂ ਆਪਾਂ, ਗੱਲ ਕਹਿ ਦਈਏ ਕਿ ਐਂਡ 'ਤੇ ਹੋਣਾ ਤਾਂ ਮਿੱਟੀ ਦੀ ਢੇਰੀ ਆ, ਅਤੇ ਮਿੱਟੀ ਦੀ ਢੇਰੀ ਵਾਸਤੇ ਆਪਾਂ ਲੋਕਾਂ ਨਾਲ ਠੱਗੀਆਂ ਠੋਰੀਆਂ ਕਈ ਕੁਛ ਕਰਦੇ ਹਾਂ, ਪਰ ਮੇਰੇ ਹਿਸਾਬ ਨਾਲ ਇਹ ਕਿ ਗਲਤੀਆਂ ਸਾਰਿਆਂ ਕੋਲ ਹੁੰਦੀਆਂ ਹੈ ਨਾ, ਜ਼ਿੰਦਗੀ 'ਚ ਗਲਤੀਆਂ ਸਾਰਿਆਂ ਕੋਲ ਹੁੰਦੀਆਂ ਵਾ, ਕੋਈ ਵੀ ਇਹੋ ਜਿਹਾ ਬੰਦਾ ਨਹੀਂ ਜ਼ਿੰਦਗੀ ਗਲਤੀਆਂ ਨਾ ਕੀਤੀਆਂ ਹੋਣਗੀਆਂ ਹੈ ਨਾ, ਬੰਦਾ ਆਪਣਾ ਘਰ ਚਲਾਉਣ ਲਈ ਆਪਣਾ ਢਿੱਡ ਪਾਲਣ ਲਈ ਬੜਾ ਕੁਛ ਕਰਦਾ ਵਾ, ਪਰ ਜਦੋਂ ਬੰਦੇ ਨੂੰ ਰੱਬ ਮੱਤ ਬਖਸ਼ਦਾ ਵਾ ਅਕਲ ਦਿੰਦਾ ਨਾ ਬੰਦੇ ਨੂੰ, ਫਿਰ ਉਦੋਂ ਸੁਧਰ ਜਾਣਾ ਚਾਹੀਦਾ ਹੈ ਨਾ, ਅਤੇ ਮੈਂ ਤਾਂ ਇਹੋ ਕਹਿੰਦਾ ਨਾ ਕਿ ਹਾਂ ਵੀ ਰੱਬ ਸਾਰਿਆਂ ਨੂੰ ਮੱਤ ਬਖਸ਼ੇ, ਜਿਹੜੇ ਬੰਦੇ ਨੂੰ ਮੱਤ ਰੱਬ ਨੇ ਬਖਸ਼ਤੀ ਸਮਝ ਲਓ ਸਭ ਕੁਝ ਮਿਲ ਗਿਆ ਉਹਨੂੰ, ਅਗਲੀ ਆ ਗਈ ਉਹਨੇ ਆਪੇ ਠੱਗੀਆਂ ਠੋਰੀਆਂ ਲੋਕਾਂ ਨਾਲ ਮਾੜੀ ਕਰਨੀ ਹੈ ਨਾ, ਕਿਸੇ ਦਾ ਮਾੜਾ ਕਰਨਾ ਕਿਸੇ ਨੂੰ ਮਾੜਾ ਬੋਲਣਾ, ਬੰਦੇ ਨੇ ਉਹ ਚੀਜ਼ਾਂ ਆਪਣੇ ਆਪ ਸਹੀ ਕਰ ਲੈਣੀਆਂ, ਗੁਰੂ ਮਹਾਰਾਜ ਦਰਸ਼ਨ ਮੇਲੇ ਲੈ ਜੇ ਆਪਾਂ ਕਰ ਚੱਕੀ ਹੋਣੀ ਜਾ ਕੇ ਸਰਪੰਚ ਨੂੰ ਗੱਡੀ ਆਪਾਂ ਲਾਤੀ ਧੋਣੀ ਉੱਥੋਂ ਕਿ ਗੱਡੀ 'ਚ ਹੋ ਜਾਵਾਂਗੇ, ਸੰਗਤ ਵੱਲੋਂ ਲਹਿਰਾਂ ਬਹਿਰਾਂ ਹੋਈਆਂ ਪਈਆਂ ਹੈ ਨਾ, ਅੱਜ ਐਤਵਾਰ ਕਰਕੇ ਨਾ ਬਾਬਾ ਗੈਂਗ ਆਉਂਦੀ ਵੇ ਹੈ, ਲੈ ਵੀ ਰਾਣੀ ਸੁੰਦਰ ਆਪਾਂ ਲਾ ਦਈਏ ਵਾਸ਼ਿੰਗ 'ਤੇ, ਆਹ ਸਾਡੇ ਬੰਦਿਆਂ ਕੋਲ ਭੀੜ ਭੜਕਾ ਰਹਿੰਦਾ ਦਾ ਮਾਰਨ ਡਿਆ ਤੂੰ ਨਹੀਂ ਗੱਲ ਬਣਦੀ ਹੈ ਦਾਦੀ, ਕੀ ਉਹਦਾ ਦੇ ਦੇ ਘੰਟੇ ਤੱਕ ਪਤਾ ਨਹੀਂ ਪੁੱਛਿਆ ਨਹੀਂ, ਮੈਂ ਕਰਦਾ ਫੋਨ, ਲੈ ਮੈਂ ਤੇਰਾ ਗੱਡੀ ਆਪਾਂ ਲਾ ਦਈਏ
ਵਾਸ਼ਕੀ ਤੇ ਲਾ ਦੀ ਬਾ ਬਾ ਬਾਰੀ ਮਾਰੋ ਇਧਰ ਲਈ ਪਹਿਲਾਂ ਛੱਬਲ ਗਏ ਇਕੱਠੀ ਹੋ ਗਈ ਇਕੱਠੀ ਨਹੀਂ ਤੈਨੂੰ ਲਾ ਜਣਾ ਇਹ ਕਾਲੀ ਨਹੀਂ ਹੋ ਗਏ ਜੀ ਉਹਦਾ ਕਿੱਥੇ ਜਾਣਾ ਇਹ ਕਿੱਥੇ ਨਿਕਲ ਬਕਰ ਨਿਕਲ ਬਕਰ ਚਲੀ ਜਾਣਾ ਨਿਕਲ ਬਕਰ ਰੇ ਹੁਣ ਚੁੱਪ ਕਰ ਗਿਆ ਨਿਕਲ ਬਕਰ ਜਾਣਾ ਵੇ ਜਾਣਾ ਮਾਮਾ ਮੰਗੋ ਨਾ ਲੈ ਮਿੱਤਰਾ ਇਹਨਾਂ ਨੇ ਨਿਕ ਬਕਰ ਦਾ ਨਾਮ ਪਹਿਲਾਂ ਨਿਕਲ ਬਕਰ ਹੈ ਤੇ ਉਹਨਾਂ ਨੂੰ ਚਾਹੀਦਾ ਕਿ ਨਾ ਚੇਂਜ ਕਰ ਦੇਣ ਕਿਉਂਕਿ ਪੰਜਾਬ ਦੇ ਵਿੱਚ ਇਹ ਨਾ ਜ਼ਿਆਦਾ ਸੂਟ ਕਰਦਾ ਤੁਹਾਨੂੰ ਨਿਕਲ ਬਕਰ ਲੈ ਨਿਕਲ ਬਕਰ ਚੀਜ਼ ਮਿਲਣੀ ਚਾਹੀਦੀ ਆ ਮੈਂ ਨਾ ਵਲੌਗ ਅਪਲੋਡ ਕਰਨਾ ਬਾਬੇ ਹੱਥ ਫੋਨ ਫੜਾਤਾ ਮੈਂ ਆਪਣੇ ਨਾਲ ਉਹ ਕੁੜੀਆਂ ਫੋਨ ਫੜਾ ਲੱਗੀ ਜਾਂਦਾ ਕਿ ਜਿੱਦਾਂ ਬੰਦਾ ਕੱਚਾ ਜਿਹਾ ਨੀ ਹੁੰਦਾ ਉਹ ਵੀ ਕਹਿੰਦਾ ਮੈਨੂੰ ਕਿਹਦੇ ਚ ਫੜਾ ਦਾ ਉਹ ਸੱਚੀ ਵਲੌਗ ਅਪਲੋਡ ਹੋਵੇ ਕੁੜੀਆਂ ਵਾ ਕੇ ਪਰ ਸ਼ੇਰਾ ਤੇਰਾ ਲਾਮ ਆਇਆ ਹਾ ਚਲਾ ਕੱਲ ਲੋਕੀ ਸਹੀ ਗੱਲ ਹੈ ਚੰਗੀ ਭਲੀ ਗੱਲ ਨੂੰ ਜਿੱਦਾਂ ਬਣਾਉਂਦਾ ਕੁੜੀ ਨਹੀਂ ਚੰਗੀ ਭਲੀ ਗੱਲ ਨੂੰ ਮੁੜ ਕੇ ਵਿੱਚ ਕਰੂਗਾ ਦੂਜਾ ਮਾਰਾ ਕੀ ਆਖਣਾ ਕੀ ਗੱਲ ਪਤਾ ਕੀ ਤੈਨੂੰ ਮੈਂ ਗੱਲ ਦੱਸਦਾ ਸ਼ੇਰੇ ਸ਼ੇਰਾ ਤੂੰ ਸ਼ੇਰੇ ਤੂੰ ਝੂਠ ਪਤਾ ਤੇਰਾ ਕਿੱਥੋਂ ਪੜਿਆ ਗਿਆ ਤੂੰ ਕੱਲ ਪੱਟੀ ਸਾਡੀ ਨਾਣਾ ਆਇਆ ਹੁੰਦਾ ਤਾਂ ਹੀ ਮੰਨ ਲੈਂਦੇ ਪੱਟੀ ਗਿਆ ਮੈਂ ਕੀਤੀ ਮੈਸੇਜ ਆਇਆ ਪੱਟੀ ਤੂੰ ਤੈਨੂੰ ਹੋਰ ਕੇ ਪਾਸੇ ਨੀ ਆ ਗਿਆ ਨਾਲ ਵੀਡੀਓ ਵੀ ਆਇਆ ਨਹੀਂ ਭਰਾ ਮੈਂ ਆਖਿਆ ਮੈਂ ਤੇਰੀ ਵੀਡੀਓ ਆਈ ਨਹੀਂ ਤੇਰੇ ਨਾਲ ਇਹਦੀ ਲੀੜੇ ਪਾਟੇ ਇਹਨੇ ਐਕਸਯੂ ਵੀ ਲੀ ਲੈ ਡਿਫੈਂਡਰ ਬਣਾਈ ਸੋ ਕੀ ਫਿਰ ਨਾ ਤਾਂ ਘਟਾ ਹੀ ਘਟਾ ਹੋਣਾ ਇਹਨੇ ਨਾ ਇਹਨੇ ਨਾਲੇ ਪਰਨਾ ਚੜ ਜਾਣਾ ਕੀ ਆਏ ਵੀ ਜੀ ਇਹਨੇ ਮੁੜ ਕੇ ਬਲੈਕ ਮੇਰੇ ਸਿਰ ਚ ਕੁੰਡ ਪੈ ਗਿਆ ਤੇਰੀਆਂ ਸਾਰਾ ਕੁਝ ਹੱਡੀ ਹੱਡੀ ਦੀ ਕ੍ਰੈਕ ਹੁੰਦੀਆਂ ਹੁੰਦੀਆਂ ਲੈ ਵੀ ਮਿੱਤਰਾ ਪਹੁੰਚ ਗਈ ਸਟਾਰਬਕ ਤੇ ਨਿਕਰ ਬਿਕਰ ਸਟਾਰਬਕ ਦਾ ਜਿਹੜੇ ਨਾਂ ਰੱਖੀ ਕੋਈ ਹੋਰ ਲੈ ਵੀ ਨਿਕਰ ਬਿਕਰ ਤੇ ਗਏ ਪਹੁੰਚ ਅਸੀਂ ਨਿਕਰ ਭਰਾਈ ਦੱਸ ਕੀ ਖਾਣਾ ਬਾਬਾ ਕੀ ਖਾਣਾ ਦੱਸ ਕੀ ਖਾਣਾ
ਬਾਬਾ ਦੇ ਹੈਡਫੋਨ ਲਾ ਸਾਰਾ ਕੰਨ ਚ ਵੜ ਜਾਣਾ ਸਾਰਾ ਹੈਡਫੋਨ ਮਾਮਾ ਲੱਗਣੇ ਕਿਤੇ ਸਰੀਰ ਦੀ ਮਰੀ ਬਾਬਾ ਚਲੋ ਚਲੀ ਸਾਰੇ ਭੁੱਖ ਲੱਗੀ ਉਹ ਖਾ ਲੈਨੇ ਆ ਚੰਗੀ ਲਹਿਰ ਲਾਈ ਬੰਦੇ ਨੇ ਅੱਜ ਮੱਖੀਆਂ ਕੱਢੀਆਂ ਜੇ ਬੰਦੇ ਸਾਡੇ ਨੇ ਹੈ ਅੱਜ ਕਹਿੰਗਾ ਜੀ ਪਾਉਣ ਦੇ ਵਿੱਚ ਬੈਠ ਕੇ ਗੱਲ ਲੜੇ ਦੋ ਜਣੇ ਲੱਗ ਜੇ ਬਹੁਤ ਜ਼ਿਆਦਾ ਨੀ ਮੈਂ ਵੀ ਨਿੱਕਰ ਬਿੱਕਰ ਤੋਂ ਮੰਗਾ ਲਿਆ ਜੀ ਆਪਾਂ ਇਹ ਕੀ ਆ ਹਾਂ ਕੀ ਹਾਂ ਬੂਦੀ ਫੋਨ 'ਚ ਲੱਗਾ ਜਾਂਦਾ ਆਪਾਂ ਨੂੰ ਕੋਈ ਹੈ ਨਹੀਂ ਉਹ ਵੇਲਾ ਬਾਬਾ ਕਰਦਾ ਗੱਲਾਂ ਕਹਿਣ ਕੌਣ ਡਿਆ ਵਾ ਜੀ ਆਪ ਸੱਠਾਂ ਨੂੰ ਮੈਸੇਜ ਕੀਤੇ ਜਾਂਦੇ ਬਾਲੇ ਵਰਦੇ ਟੋਕਾ ਬਾਲਾ ਹੀ ਤੇਜ ਗੁਰੂਆ ਦੋਵਾਂ ਦਾ ਨੱਪੀ ਕਿੱਲੇ ਆਉਂਦੇ ਨਹੀਂ ਤੇ ਚੀਜ਼ਾਂ ਇੱਦਾਂ ਦੀਆਂ ਸਰਪੰਚ ਜਿਹੜੀ ਚੀਜ਼ ਆਪਾਂ ਪਵਾਈ ਰੱਬ ਵੱਲੋਂ ਬਖਸ਼ ਆਪਾਂ ਨੂੰ ਫੱਬ ਜਾਂਦੀ ਆ ਇਹ ਬਖਸ਼ ਹੁੰਦੀ ਆ ਹੋਰ ਹੀ ਬੜੇ ਨੇ ਪਵਾਈ ਜਾਣਗੇ ਪਰ ਰੱਬ ਵੱਲੋਂ ਚੀਜ਼ ਫੱਬ ਜਾਂਦੀ ਆ ਮਲਕ ਦੀਆਂ ਮੇਹਾਂ ਰਹਿਣ ਤੁਹਾਨੂੰ ਕੀ ਪਤਾ ਇਹਨਾਂ ਨੇ ਖਾਣ ਪੀਣ ਦਾ ਸਮਾਨ ਖਾ ਲਿਆ ਜ਼ਿਆਦਾ ਤੇ ਬਾਰੇ ਖਾਧਾ ਨੀ ਗਿਆ ਹੁਣ ਪੈ ਕਰਨ ਦੇ ਫਿਰਦੇ ਵੇਲਾ ਮੈਨੂੰ ਨੀ ਪਤਾ ਲੈ ਬਾਰੀ ਦਾ ਨੀ ਬਾਰੀ ਦਾ ਨੀ ਮੈਨੂੰ ਪਤਾ ਉਹ ਵੀ ਬੈਠਾ ਸਰਪੰਚ ਕਟਾ ਕੁੱਟੀ ਜਾਂਦਾ ਤੂੰ ਬੱਕਰੀ ਬੈਠਾ ਕਹਿੰਦੀ ਤੂੰ ਬੈਠਾ ਕਹਿੰਦੀ ਮੈਨੂੰ ਬਾਰੀ ਕੋਲ ਦਾ ਨੀ ਪਤਾ ਓਏ ਆ ਲੈ ਬਾਰੀ ਦੇ ਇਦਾਂ ਦੀ ਹਾਂ ਤੇ ਇਹ ਵੀ ਪਤਾ ਲੈ ਸਾਰਾ ਪਤਾ ਕੁੜੀ ਜਾਣ ਕੇ ਹੈ ਇਹ ਐਡਾ ਮਿੱਠਾ ਹੀ ਇਹ ਦੇ ਨਾਲ ਹੀ ਮੱਖੀਆਂ ਅੰਦਰ ਆ ਜਾਂਦੀਆਂ ਨਵੀਂ ਨਵੀਂ ਖੋਜਾਂ ਕਰਨ ਡਿਆ ਜੀ ਕੁੜੀ ਦੀ ਲੁੱਲੀ ਵਿਗਿਆਨੀ ਲੈ ਵੀ ਮੈਟਲ ਦਾ ਕੰਮ ਕਰਦਾ ਓਕੇ ਰਿਪੋਰਟ
ਸਰਪੰਚਾਂ ਵਾਲੇ ਕਾਹਲੇ ਪਈ ਜਾਂਦੇ, ਕਹਿੰਦੇ ਮੈਟਰ ਖਾ ਕੇ ਫਿਰ ਚੰਡੀਗੜ੍ਹ ਜਾਣਾ। ਗੱਡੀ ਦੀ ਲੱਥਦੀ ਸੀ ਡੰਡ, ਡੰਡ ਇੱਦਾਂ ਲੱਥਦੀ ਆ ਕਿ ਮਿੱਟੀ ਜਾਂਦੀ ਇਹਨਾਂ ਦੇ ਵਿੱਚ, ਇੱਥੋਂ ਮੁੜ ਕੇ ਮਿੱਟੀ ਨਿਕਲਦੀ, ਕਿਰਕ ਨਿਕਲਦੀ, ਕਿਰਕ ਨਿਕਲਦੀ, ਤਾਂ ਕਰਕੇ ਮੈਟ ਉੱਤੇ ਆਪਾਂ ਰੱਖਾ ਉੱਤੇ ਰਿਪੋਰਟ, ਬਲੈਕ ਇੰਟੀਰੀਅਰ ਅਤੇ ਬਲੈਕ ਹੀ ਮੈਟ। ਚਲੋ ਚੱਲੀ ਯਾਰ, ਇੰਟੀਰੀਅਰ ਬਲੈਕ ਹੀ ਸੋਹਣਾ ਲੱਗਦਾ। ਉਹ ਜਿਹੜੀ ਬਲੈਕ ਗੱਡੀ ਆ ਉਹਨੂੰ ਸੋਹਣਾ ਲੱਗਦਾ ਦੂਜਾ ਇੰਟੀਰੀਅਰ, ਬੀਚ ਕਲਰ ਵਾਲਾ ਇਹਨੂੰ ਇਹੋ ਸੋਹਣਾ ਲੱਗਦਾ, ਵਾਈਟ ਵਾਈਟ ਨੂੰ ਬਲੈਕ ਇੰਟੀਰੀਅਰ ਹੀ। ਮੈਟਾਂ ਵਾਲਾ ਕੰਮ ਕਰਕੇ ਓਕੇ ਰਿਪੋਰਟ, ਅਤੇ ਇੱਕ ਕੰਮ ਉਹਨੂੰ ਹੋਰ ਹੈਗਾ ਬਾਜ਼ਾਰ ਦੇ ਵਿੱਚ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਲੱਭਣੀ ਹੈ, ਬਸ ਉਹਨੇ ਜਗ੍ਹਾ ਬਸ ਸੈੱਟ ਜੀ ਵੇਖ ਕੇ ਨਾ, ਕਿਉਂਕਿ ਸਾਡੀ ਮਿੱਤਰੋ ਆਤੇ ਗੱਡੀ ਅਸੀਂ ਕਦੀ ਵੀ ਰਾਜ ਨਹੀਂ ਲੱਗ ਜਾਣੀ, ਅਸੀਂ ਗੱਡੀ ਆਪਣੀ ਸਾਈਡ 'ਤੇ ਲਾ ਕੇ ਜਦ ਗਿਆ ਲਵੇ ਕਿ ਜੇ ਮਾੜੀ ਮੋਟੀ ਰਾਜ ਲਾਉਣੀ ਹੀ ਪੈ ਗਈ ਤਾਂ ਇੱਕ ਬੰਦਾ ਵਿੱਚ ਬਾਈ ਦਾ ਕਿ ਕੋਈ ਹੋਰ ਤੰਗ ਪਰੇਸ਼ਾਨ ਨਾ ਹੋਵੇ। ਅਸੀਂ ਉਹਨਾਂ ਮੂਰਖਾਂ ਵਰਗੇ ਨਹੀਂ ਹੈਗੇ ਜਿਹੜੇ ਜਮ੍ਹਾਂ ਹੀ ਰਾਹ 'ਚ ਲਾ ਜਾਂਦੇ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਦੂਜਾ ਬੰਦਾ ਕਿੱਦਾਂ ਲੰਘੂਗਾ, ਹੈ ਨਾ। ਅਸੀਂ ਇਹ ਮੂਰਖਤਾ ਕਦੀ ਵੀ ਨਹੀਂ ਕੀਤੀ, ਨਾ ਹੀ ਮੈਂ ਆਪਣੇ ਬੰਦੇ ਨੂੰ ਕਿਸੇ ਨੂੰ ਕਰਨਾ, ਇਹਨੂੰ ਇਹ ਚੀਜ਼ ਸਮਝਾ ਕੇ ਰੱਖੀ ਗੱਡੀ ਸਾਈਡ 'ਤੇ ਲਾ ਕੇ ਜਾਣੀ, ਪਾਰਕਿੰਗ ਨਹੀਂ ਲੱਭਦੀ ਦੂਰ ਨੇੜੇ ਲਾਓ, ਪਰ ਗੱਡੀ ਰਾਹ 'ਚ ਕਦੀ ਨਹੀਂ ਲਾਉਣੀ। ਅੱਜ ਕੰਮ ਕਰਨਾ ਇਹਦੇ ਸਰ, ਅਸੀਂ ਕੰਮ ਕਰਕੇ ਤਾਂ ਅਸੀਂ ਕਿਹਾ ਚੱਲ ਅਸੀਂ ਗੱਡੀ 'ਚ ਚੱਲੀਏ, ਸਰਪੰਚ ਨਹੀਂ ਕਹਿੰਦੇ ਨਹੀਂ ਅਸੀਂ ਆਉਂਦੇ ਹਾਂ, ਸਾਲੇ ਆਹ ਮੇਰੇ ਆਹ ਵੇ ਇੱਧਰ ਇੱਧਰ ਵੇ ਚਿਮਚਾ ਫਿਰਨ, ਇੱਧਰ ਵੇਖ ਇੱਧਰ ਵੇ ਚਿਮਚਾ ਫਿਰਨ, ਇੱਧਰ ਵੇ ਇੱਧਰ ਵੇ ਚਿਮਚਾ ਫਿਰਨ, ਚਿਮਚਾ ਵੇ ਫਿਰਨ ਵੇ ਹੈ ਨਾਪੇ ਜੀ ਕਿਲੀਆਂ, ਸਾਨੂੰ ਨੀ ਪਤਾ ਸਾਲੇ, ਸਾਨੂੰ ਦੱਸਦੇ ਸੀ ਬਜ਼ਾਰੋਂ ਚੰਗੀ ਹੋ ਜਾਂਦੀ, ਪਾਣੀ ਡੱਕਿਆ ਨਾ ਬਾਹਰ, ਇਹਦੇ ਨਾਲ ਫਿਰ ਮਰੇ ਮਰੇ ਟੈਰ ਤੇ ਵੀਲ ਗੰਜੇ ਹੋ ਜਾਣੇ ਜੀ, ਗੰਜੇ ਕੱਢੋ ਬਈ, ਚੱਲੀਏ ਮੁਹਾਲੀ ਆਪਣੀ ਵੇਟ ਕਰਨ ਡੇ ਆ ਕੈਫੇ ਤੇ ਜਿਮ ਹੈ। ਚੱਲ ਸਰਪੰਚ ਲੈ ਵੀ ਆਉਂਦਾ, ਕੰਮ ਖਰਾਬ ਹੋ ਜਾਣਾ ਇੱਥੇ ਥੋੜ੍ਹਾ ਜਿਹਾ, ਪਰ ਟਾਇਰ ਜ਼ਿਆਦਾ ਮੋਟੇ ਇੰਨਾ ਫਰਕ ਨਹੀਂ ਪੈਂਦਾ, ਲੈ ਵੀ ਡਿਜਲ ਲੂਜਲ ਮਾਰਤਾ ਜੇ ਓਕੇ ਰਿਪੋਰਟ ਕਰਾ ਦਈਏ ਰਾਣੀ ਸੁੰਦਰਾ ਆਪਾਂ। ਚੱਲੀਏ ਬਾਬਾ ਲੋਏ ਲੋਏ ਆਪਾਂ, ਚੱਲ ਵੇ ਬਾਈ ਚੱਲੀਏ। ਲੈ ਵੀ ਮਿੱਤਰਾ ਪਾ ਤੇ ਚੱਲ ਯਾਰ, ਵੇ ਰਾਣੀ ਆਉਂਦੀ ਚ ਜਾਂਦੀ ਕਹਿੰਦਾ ਗੱਲਾਂ ਕਰਾਉਂਦੀ ਹੈ। ਗੁਰੂ ਮੈਂ ਨਾ ਅੱਜ ਦੂਜੀ ਵਾਰ ਕਿ ਪਹਿਲੀ ਵਾਰ ਵੇਖਣ ਡਿਆ ਇਹਨੂੰ, ਜਦੋਂ ਸਰਪੰਚ ਲਾਉਂਦੇ ਨੇ ਤਾਂ ਮੈਂ ਆਉਂਦੀ ਨਦੀ ਆਪ ਚਲਾਉਂਦਾ ਹੈ ਨਾ, ਅਤੇ ਮੈਂ ਕਦੀ ਜਿੱਦਾਂ ਮਤਲਬ ਲੈ ਵੀ ਜਾਂਦੇ ਹੈ ਨਾ ਨਾਲ ਦੇ, ਮੈਂ ਕਦੀ ਵੇਖੀ ਨਹੀਂ ਆਉਂਦੀ, ਪਰ ਜਦੋਂ ਆਉਂਦੀ ਨਾ ਜ਼ਿਆਦਾ ਜੈਂਬਰ 'ਚ ਲੱਗਦੀ ਗੁਰੂ ਆ ਟੈਰ ਟੈਰ 'ਚ ਆਉਣਾ। ਮੈਨੂੰ ਇੱਕ ਵੀਰ ਨੇ ਮੈਸੇਜ ਕੀਤਾ ਸੀ ਕਿ ਲੰਘਦੀ ਵੇਖੀ ਹੋ ਵੀਰ ਨੇ, ਕਹਿੰਦਾ ਗੁਰੂ ਆ ਕੂਕਾ ਮਾਰਦੇ ਆਉਂਦੇ ਟੈਰ, ਅਤੇ ਅੱਜ ਮੈਂ ਅਸਲ ਦੇ ਵਿੱਚ ਵੇਖਣ ਡਿਆ ਵੀ ਮਿੱਤਰਾ ਪਹੁੰਚ ਗਈ ਯਾਰ ਹੋਣੀ ਘਰੇ, ਅਤੇ ਖਿੱਚੋ ਤਿਆਰੀ ਚੱਲੀਏ ਬਾਬਾ, ਵੇਖ ਲਾ ਜਾਣਾ ਤੈਨੂੰ ਪੁੱਛਿਆ ਹੀ ਫਿਰ ਅੱਜ ਮੈਂ ਨਹੀਂ ਜਾਣਾ ਨਹੀਂ, ਅਤੇ ਫਿਰ ਗੇਟ ਖੋਲ੍ਹ ਮੇਰਾ ਵੀਰ, ਗੱਡੀਆਂ ਲਾਈ ਅੰਦਰ ਅਤੇ ਕੱਪੜੇ ਕਰੀਏ ਪੈਕ, ਅਤੇ ਅਸੀਂ ਚੱਲੀਏ ਮੁਹਾਲੀ ਨੂੰ। ਲੈ ਵੀ ਮੁਹਾਲੀ ਸਾਡੀ ਵੇਟ ਕਰਨ ਡਿਆ, ਕਰੋ ਬਾਸ਼ੀ ਸ਼ੇਰਾ ਅਤੇ ਦੋਜੀ ਰਹਿਣਗੇ ਘਰੇ, ਅਸੀਂ ਦੋਵਾਂ ਨੂੰ ਸੁਲਾ ਮਾਰੀਏ, ਮੈਂ ਮਾਮੇ ਨੂੰ ਸੱਦ ਲੈਂਦੇ ਹਾਂ ਜਾਣਾ ਦੱਸੋ, ਕਹਿੰਦੇ ਨਹੀਂ ਅਸੀਂ ਨਹੀਂ ਜਾਣਾ, ਅਤੇ ਮੈਂ ਠੀਕ ਆ ਬਾਈ ਆਪਾਂ ਸੁਲਾ ਮਾਰ ਲਈਦੀ ਆ, ਆਪਾਂ ਜਾਵਾਂਗੇ ਦੇਖੋ ਹੁਣ ਕਿਹੜੇ ਕਿਹੜੇ ਬੰਦੇ ਤਿਆਰ ਹੁੰਦੇ ਆ, ਇੱਕ ਮੈਂ ਸਵੇਰੇ ਸਾਰਿਆਂ ਨੂੰ ਕਹਿਤਾ ਸੀ। ਚਲੋ ਜੀ, ਜਿਨ੍ਹਾਂ ਦੇ ਕਰਮਾਂ ਦੇ ਵਿੱਚ ਹੀ ਦਾਣਾ ਪਾਣੀ ਲਿਖਿਆ ਉਹ ਤਾਂ ਜਾਣਗੇ ਹੁਣ। ਚਲੋ ਫਿਰ ਭਾਈ ਆਹ ਕਹਿੰਦੇ ਨਾਲ ਜਾਣਾ ਜੀ ਹੁਣ ਦੇ, ਰੁਕੋ ਮੈਂ ਚੱਲਿਆ ਪੁੱਤ, ਮੈਂ ਚੱਲਿਆ ਚੰਡੀਗੜ੍ਹ, ਕਹਿੰਦਾ ਮਾਤਾ ਚੱਲਿਆ ਚੰਡੀਗੜ੍ਹ ਮੈਂ ਜਾਵਾਂ, ਛਿੱਤਰ ਬਹੁਤ ਫਿਰਨੇ ਜੇ ਗੱਡੀ ਵੱਲ ਨੂੰ ਆਇਆ ਤੁਸੀਂ, ਪੁੱਤ ਕੋਈ ਨਹੀਂ ਆਉਂਦੇ ਟੈਨਸ਼ਨ ਲੈਣਾ ਮੇਰੇ ਹੁੰਦੇ ਆ, ਘੂਰ ਲੈ 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 ਕਹਿੰਦਾ ਚੰਡੀਗੜ੍ਹ ਬੋਲ, ਹੱਥ ਨਹੀਂ ਲਵਾਉਂਦਾ ਬੜਾ ਚਾਕਾ, ਤਾਂ ਰਾਤੀ ਸੁੱਤਾ ਵੀ ਮੇਰੇ ਨਾਲ ਸਵੇਰੇ ਨਾਲ 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 ਨਹੀਂ ਹੁੰਦੀ ਹੈਗੀ।
ਕੇਕੋ ਨਵਾ ਲਾਂਗੇ ਮੈਂ ਤਾਂ ਸ਼ੇਰਾ ਸ਼ੇਰਾ ਦੇ ਆਪ ਨਾਉਦਾ ਨਹੀਂ ਸ਼ੇਰਾ ਆਪ ਤੇ ਨਾਉਦਾ ਨਹੀਂ ਤੇ ਕੋਕ ਮੈਂ ਚੱਲਿਆ ਜਾਂਦੀ ਜਾ ਨੋਨਾ ਨਾ ਪਿਸੂ ਪਿਸੂ ਲਾਏ ਓਏ ਮੈਂ ਤਾਂ ਸ਼ੇਰੇ ਨੂੰ ਪਏ ਨਹੀਂ ਤੇ ਲੱਗੇ 500 ਲਾਏ ਓਏ ਨਹੀਂ ਉਹ ਡਿਗ ਡਿਗ ਪਿੱਛੂ ਜਿੱਤਰਾ ਤੂੰ ਆਂ ਦੇ ਉਹ ਨਹੀਂ ਨੂੰ ਪਏ ਮੈਂ ਚੱਲਿਆ ਜਾਂਦੀ ਘਰ ਹੈ ਇਹਦੇ ਕੋ ਰਹਿਣਾ ਆ ਵਾਲੇ ਬੰਦੇ ਕੋ ਇਧਰੇ ਆ ਡਿਗ ਉਹਦੇ ਕੋ ਰਹਿਣਾ ਹੀ ਠੀਕ ਹੈ ਬਾਹਰ ਵਾਲੇ ਕਮਰੇ 'ਚ ਨਹੀਂ ਜਾਣਾ ਮੈਂ ਚੱਲਿਆ ਤੇ ਧਿਆਨ ਰਹਿਣਾ ਹੀ ਹੈ ਮੈਂ ਧਿਆਨ ਰੱਖੀ ਤਾਂ ਭੱਜ ਜਾਂਦਾ ਹੁਣ ਚਲੋ ਫਿਰ ਤੁਰੀਏ ਆਪਾਂ ਚਲੋ ਭਾਈ ਕੀ ਪੁੱਤਰ ਕਿੱਥੇ ਆ ਕਿੱਥੇ ਮੈਂ ਤੇ ਗੁਰਾ ਬੰਦੇ ਇਕੱਠੇ ਕਰੀ ਜਾਂਦਾ ਕਈ ਦੀ ਕਹਿੰਦੇ ਜਾਣਾ ਕਦੀ ਕਹਿੰਦੇ ਨਹੀਂ ਜਾਣਾ ਚੱਲ ਚੱਲੀਏ ਗੱਡੀ ਕਿੱਥੇ ਕਰੀ ਲਾਓ ਛੇਤੀ ਕਰੋ ਯਾਰ ਟਾਈਮ ਨਹੀਂ ਹੈਗਾ ਇੰਨਾ ਬਾਬਾ ਜਾਣਾ ਹੀ ਚੱਲ ਠੀਕ ਹੈ ਭਰਾ ਕਿਹੜੀ ਗੱਡੀ ਇੱਥੇ ਲਾ ਦੇ ਜਾਵੇ ਸਾਰ ਦੇ ਪਿੱਛੇ ਕਿੱਥੇ ਇੱਥੇ ਗੁਰੂਆ ਕਦੀ ਭੁੱਲਰ ਲੇਟ ਹੋ ਗਏ ਕਦੀ ਨਹੀਂ ਭੁੱਲਰ ਉਹ ਕਨਫਿਊਜ਼ ਆ ਉਹ ਅਸਲ ਵਿੱਚ ਨਾ ਕਿਸੇ ਬੁੱਢੀ ਬਾਜੀ ਵਾਲੇ ਬੰਦੇ ਨੂੰ ਇਹ ਹੁੰਦਾ ਕਿ ਸਾਨੂੰ ਉੱਥੇ ਸਾਡੇ ਜਾਂਦੇ ਨੂੰ ਸਾਡੀ ਨਾਲ ਦੀ ਉੱਥੇ ਸਾਨੂੰ ਕਵੇ ਕਿ ਹਾਂਜੀ ਸਾਨੂੰ ਤੁਸੀਂ ਮੇਰੇ ਫਲੈਟ ਹੀ ਆਓ ਤੁਸੀਂ ਢਿਲੋਣਾ ਨਾ ਕੀ ਕਰਨਾ ਆ ਉਹ ਮਾਰਤੇ ਆ ਉਹ ਮਾਰਦੀ ਪੂਰੀ ਹੋਣ ਨਹੀਂ ਡਈ ਹਨਾ ਕਿ ਉਹ ਕਨਫਿਊਜ਼ ਹੋਣ ਡਿਆ ਕਿ ਹਾਂ ਵੀ ਨਾਲ ਦੀ ਹਾਮੀ ਭਰੇ ਆ ਜਾਓ ਨਾ ਆ ਜਾਓ ਉਸ ਚੱਕਰ ਤੁਰਿਆ ਫਿਰਦਾ ਸੀ ਉਹ ਚਲੋ ਕੋਈ ਨੀ ਇਟਸ ਓਕੇ ਤੂੰ ਛੜਾ ਛੁੜਾ ਨੀ ਤੂੰ ਮੈਂ ਵੀ ਮੇਰੇ ਨਾਲ ਗੱਲ ਕਰਨੀ ਹੈ ਕਿ ਮਾਲੀ ਜਾਂਦੇ ਆ ਰਾਜ ਹੀ ਮਾਰ ਲਿਆ ਨਿਕਾ ਜਾ ਸਟੇ ਤੇ ਸਟੇ ਮਾਰਦੇ ਮੈਂ ਤਾਂ ਖੜ ਕੇ ਰੋਟੀ ਮੈਂ ਵੀ ਕਾਹਨੂੰ ਗੱਲਾਂ ਹੋਣੀਆਂ ਰੋਟੀ ਕਰੀ ਜਾਂਦਾ ਵੀ ਕਿ ਇੱਥੇ ਮਰਜ਼ੀ ਬਹਿ ਤੈਨੂੰ ਦੱਸ ਕੁਝ ਕਸ਼ਟ ਤੇ ਰੋਣਾ ਕਿੱਥੇ ਬਹਿ ਹੁਣ ਆ ਉੱਥੇ ਤੇਰਾ ਬਹਿ ਕਿੱਥੇ ਮੇਰੇ ਬਹਿਓ ਮੇਰੇ ਨਾਲ ਪਾਣੀ ਆ ਜੇ ਪਾਣੀ ਪੀ ਕੇ ਲੈ ਮਿੱਤਰੋ ਰੋਟੀ ਹੀ ਨੱਪਣ ਦੇ ਕਿਲੀਆਂ ਰੋਟੀ ਖਾਦੇ ਖਾਦੇ ਵੀ ਕੀ ਹੋਣੀ ਮਿਲ ਪਿਆ ਨੂੰ ਵੀ ਕੀ ਹੋਣੀ ਨਾਲ ਹੀ ਜਾਣਾ ਨਾਲ ਹੀ ਰੱਖਿਓ ਗੱਡੀਆਂ ਠੀਕ ਹੈ ਨਹੀਂ ਨਾਰਮਲ ਜਾਣਾ ਧਿਆਨ ਨਾਲ ਠੀਕ ਹੈ ਮੇਰੇ ਭੋਲੀ ਜਾਣਾ ਕੋਈ ਗੱਲ ਨਹੀਂ ਹੈ ਕਾਲੀ ਨਹੀਂ ਕਰਨੀ ਐਵੇਂ ਨਾ ਗੱਡੀਆਂ ਭਜਾਇਓ ਚੰਡੀਗੜ੍ਹ ਟੈਂਕੀ ਇਹਦੀ ਖਾਲੀ ਉਹਦੀ ਸਰਪੰਚ ਨਾਲ ਸਵੇਰੇ ਆਉਣ ਲੱਗਿਆ ਫੁੱਲ ਕਰਾਲੀ ਤੇ ਅਸੀਂ ਉਦਾਂ ਜਲੰਧਰ ਨੂੰ ਖੇਚਤੀ ਸਾਨੂੰ ਭੁੱਲ ਗਿਆ ਚੇਤਾ ਤੇ ਮਹਾਂ ਤੇਲ ਮਿਲਿਆ ਜਾਨੂੰ ਲੜਦੇ ਗਏ ਮੈਂ ਛੱਡ ਜਾਣਾ ਇੱਥੇ ਛੱਡ ਜਾਣਾ ਮੈਂ ਰਾਣੀ ਸੁੰਦਰਾ ਟੈਂਕੀਆਂ ਫੁੱਲ ਦੇ ਚਾਲੇ ਚੰਡੀਗੜ੍ਹ ਨੂੰ ਪਾਤੇ ਜੀ ਮੁੰਡਿਆਂ ਨੇ ਮੈਂ ਵੀ ਮਿੱਤਰਾ ਪਹੁੰਚ ਗਈ ਯਾਰ ਹੁਣੀ ਮਾਰੀ ਤੇ ਟਾਈਮ ਵੇਖੋ ਤੁਸੀਂ ਕਿੰਨਾ ਆਇਆ ਕਰਾਂ ਮਿੱਤਰੋ ਟਾਈਮ ਚੈੱਕ ਕਰੋ ਤੁਸੀਂ ਟਾਈਮ 11:11 ਹੋ ਗਏ ਜੇ ਤੇ ਕਹਿੰਦੇ ਮਾਲੀ ਮੁੰਡੇ ਪਹੁੰਚ ਗਏ ਜਲੰਧਰ ਸਾਨੂੰ ਲੱਗ ਗਿਆ ਟਾਈਮ ਵਾਹ ਵਾਹ ਜੀ ਉੱਥੇ ਪਹਿਲਾਂ ਤਾਂ ਕਹੀਂ ਆਪਣੇ ਸੱਜਣ ਕੋਲ ਰੁਕ ਗਏ ਤੇ ਫਿਰ ਬਾਅਦ 'ਚ ਉੱਥੇ ਸਾਜਣੋਂ ਨਹੀਂ ਮਿਲ ਪਏ
ਚਲੋ ਉਹਦੇ ਗੱਲਾਂ ਬਾਤਾਂ ਉੱਥੇ ਫਿਰ ਹੈ ਉੱਥੇ ਲੱਗ ਗਿਆ ਟਾਈਮ ਅਤੇ ਹੁਣ ਇਕੱਠੇ ਅਸੀਂ ਆ ਗਏ ਇੱਧਰ ਨੂੰ ਮੋਹਾਲੀ ਵੱਲ ਨੂੰ ਅਤੇ ਉੱਦਾਂ ਸਾਡਾ ਪੂਰਾ ਪੂਰਾ ਪਲੈਨ ਸੀ ਕਿ ਮੋਹਾਲੀ ਜਾ ਕੇ ਅਤੇ ਜਿੰਮ ਲਾਵਾਂਗੇ ਐਤਵਾਰ ਨਾ ਹੀ ਮਿਸ ਹੋਊਗਾ ਪਰ ਨਾ ਅਸੀਂ ਮਤਲਬ ਲੇਟ ਬਹੁਤ ਜ਼ਿਆਦਾ ਹੋ ਗਏ ਗਿਆਰਾਂ ਗਿਆਰਾਂ ਹੋ ਚੁੱਕੇ ਆ ਅਤੇ ਫਲੈਟ ਪਹੁੰਚਦਿਆਂ ਪਹੁੰਚਦਿਆਂ ਸਾਨੂੰ ਬਾਰਾਂ ਹੀ ਵੱਜ ਜਾਣੇ ਹੈ ਨਾ ਜਾ ਕੇ ਸੈਟਿੰਗ ਸੁਟਿੰਗ ਕਰਦਿਆਂ ਚਾਦਰਾਂ ਚੁਦਰਾਂ ਖੜੀਆਂ ਘਰੇ ਧਵਾਉਂਦਿਆਂ ਧਵਾਉਂਦਿਆਂ ਸਾਨੂੰ ਇਹ ਹੈ ਕਿ ਵਛਾਉਂਦਿਆਂ ਵਛਾਉਂਦਿਆਂ ਮਤਲਬ ਧਵਾ ਕੇ ਘਰੋਂ ਲਿਆਏ ਹਾਂ ਵਛਾਉਂਦਿਆਂ ਵਛਾਉਂਦਿਆਂ ਸਾਨੂੰ ਸਾਢੇ ਬਾਰਾਂ ਵੱਜਣੇ ਇੱਕ ਵਜੇ ਸੌਵਾਂਗੇ ਇਹ ਹੈ ਕਿ ਜੇ ਹੁਣ ਜਿੰਮ ਚੱਲ ਗਏ ਅਤੇ ਸਵੇਰੇ ਫਿਰ ਉੱਠਿਆ ਨਹੀਂ ਜਾਣਾ ਫਿਰ ਸਵੇਰ ਵਾਲੀ ਰੂਟੀਨ ਖਰਾਬ ਕਰਾਂਗੇ ਐਵੇਂ ਫਾਇਦਾ ਕੋਈ ਨਹੀਂ ਇਸ ਕਰਕੇ ਹੁਣ ਯਾਰ ਹੁਣ ਸਿੱਧਾ ਜਾਣਗੇ ਫਲੈਟ ਜਾ ਕੇ ਮਾਰਨਗੇ ਲੇਟੀਆਂ ਅਤੇ ਕੁਝ ਭੁੱਖ ਲੱਗੀ ਮੰਨੇ ਹੋਏ ਹੈ ਨਾ ਭੁੱਖ ਯਾਰ ਪਿਛਾ ਮੈਂ ਰੋਟੀ ਖਾਧੀ ਹੈ ਨਾ ਉਹ ਚੌਲ ਵੀ ਖਾਧੇ ਪਰ ਸਾਲੀ ਭੁੱਖ ਫਿਰ ਲੱਗੀ ਤੁਰ ਲੱਗੇ ਭੁੱਖ ਲੱਗੀ ਪੂਰੀ ਪਰ ਮੈਂ ਸੋਚਿਆ ਕਿ ਹੁਣ ਇੱਥੇ ਰੁਕਣ ਦਾ ਕੋਈ ਫਾਇਦਾ ਨਹੀਂ ਆ ਪਹੁੰਚ ਕੇ ਹੀ ਖਾਵਾਂਗੇ ਤੁਰ ਲੱਗੀ ਮੈਨੂੰ ਵੀ ਲੱਗੀ ਭੁੱਖ ਮੈਨੂੰ ਇਹ ਹੈ ਕਿ ਪ੍ਰੋਟੀਨ ਪੀ ਕੇ ਇੱਥੋਂ ਨਾ ਜਦੋਂ ਇੱਥੋਂ ਆਪਾਂ ਤੁਰ ਲਏ ਜਲੰਧਰ ਉਦੋਂ ਭੁੱਖ ਤਾਂ ਮੈਨੂੰ ਵੀ ਲੱਗੀ ਮੈਂ ਤਾਂ ਪੀਤਾ ਨਹੀਂ ਪਰ ਚਲੋ ਹੁਣ ਪ੍ਰੋਟੀਨ ਪੀ ਕੇ ਸੋਜਾਂਗੇ ਮਿੱਤਰਾ ਪਹੁੰਚ ਗਈ ਯਾਰ ਨਹੀਂ ਮਾਲੀ ਕਰ ਲੈ ਗੱਲ ਮੰਨੀ ਕੋਈ ਗੱਲ ਨਹੀਂ ਹੋਲਡ ਨਾ ਰੱਖਿਆ ਫੋਨ ਹੈਂ ਮਹਾਂ ਫੋਨ ਆਇਆ ਤੈਨੂੰ ਕਿਤੇ ਦਸ ਦਿਨਾਂ ਬਾਅਦ ਤੇਰੀ ਕਿਹੜੀ ਰੋਜ਼ ਗੱਲ ਹੁੰਦੀ ਤੇਰੀ ਬਦ ਤੇਰੀ ਗੱਲ ਜਿਹੜੀ ਦੂਜੇ ਨੂੰ ਹੁੰਦੀ ਤੈਨੂੰ ਦਸ ਦਿਨਾਂ ਬਾਅਦ ਆਇਆ ਤੂੰ ਸੋ ਇਹ ਕੋਈ ਆਪਣੀ ਪਾਰਕਿੰਗ ਗੱਡੀ ਲਾ ਗਿਆ ਤੇ ਬਹੁਤ ਮਾੜੀ ਗੱਲ ਆ ਨਹੀਂ ਆਪਾਂ ਆਪਣੀ ਜੀ ਲਾਵਾਂਗੇ ਸਹੀ ਗੱਲ ਆ ਆਪਾਂ ਉੱਥੇ ਛੱਡਦੇ ਗੱਡੀਆਂ ਰਾਣੀਆਂ ਦੋਵੇਂ ਉੱਥੇ ਲਾਉਂਦੇ ਹਾਂ ਕੋਠੇ 'ਤੇ ਹੀ ਇੱਥੇ ਬੜੀ ਗੰਦੀ ਆਦਤ ਲੋਕਾਂ ਨੂੰ ਆਪਾਂ ਪਰ ਇਹੋ ਜਿਹਾ ਕਦੀ ਕੰਮ ਨਹੀਂ ਕੀਤਾ ਯਾਰ ਅਗਲਾ ਤੰਗ ਨਾ ਹੋਵੇ ਆਪਣੇ ਮੰਨੇ ਉੱਤੇ ਵਾਲੀ ਬਰਗੀ ਵੀਰ ਲਾਈ ਹੁੰਦੀ ਗੱਡੀ ਉੱਤੇ ਦੀ ਪੱਕੀ ਸਾਡੀ ਪਤਾ ਨਹੀਂ ਕਦੀ ਕੋਈ ਕਦੀ ਕੋਈ ਆਪਾਂ ਜਾਣ ਕੇ ਨਹੀਂ ਆਪਣਾ ਸੁਭਾਅ ਹੀ ਦਿੰਦਾ ਚੱਲ ਕੋਈ ਨੀ ਆਪਣੇ ਇਹ ਕਾਰ ਤੇ ਨਾ ਇੱਥੇ ਕਈ ਬੰਦਿਆਂ ਦੀਆਂ ਗੱਡੀਆਂ ਵੀ ਨਹੀਂ ਹੈਗੀਆਂ ਤੇ ਆਪਣੀ ਪਾਰਕਿੰਗ ਦੇ ਗਾੜੀ ਬੋਰਡ ਦੇਖ ਕੇ ਲਾਏ ਇਹਨਾਂ ਨੇ ਕਿ ਉੱਥੇ ਕਿਸੇ ਦੀ ਗੱਡੀ ਨੂੰ ਲੱਗ ਦਿੰਦੇ ਏਡੇ ਕੋਈ ਲੀਚੜ ਕੁੜੀ ਆਵੇ ਤੈਨੂੰ ਵਿਖਾ ਦੂ ਮੈਂ ਇੱਥੇ ਆਪਣੀ ਪਾਰਕਿੰਗ ਲਾਗੇ ਪਾਰਕਿੰਗ ਉਹਨਾਂ ਕੋਲ ਕੋਈ ਗੱਡੀ ਨਹੀਂ ਹੈਗੀ ਮੇਰੇ ਹਿਸਾਬ ਨਾਲ ਜੋ ਮਰਜ਼ੀ ਹੋਵੇ ਯਾਰ ਪੜਿਆ ਗਿਆ ਸਾਲਿਆ ਅੱਜ ਇਹਦਾ ਆਇਆ ਵਾ ਨਾ ਦੂਜਿਆਂ ਦਾ ਉਹ ਅੱਜ ਇਹਦਾ ਆਇਆ ਹੋਣਾ ਇਹ ਕੁਝ ਹੋਣੀ ਹੈ ਕਰਮਾ ਵਾਲੀ ਮਿੱਤਰੋ ਫਿਰ ਮਿਲਦੇ ਹਾਂ ਸਵੇਰੇ ਪਹੁੰਚ ਗਏ ਮੁੰਡੇ ਮੁਹਾਲੀ ਬਾਸ਼ੀ ਮੂੜ ਕਰ ਲੈਣੇ ਮੁੰਡਿਆਂ ਨੇ ਆਉਣ ਅਤੇ ਮਿਲਦੇ ਹਾਂ ਕੱਲ੍ਹ ਨਵੇਂ ਬਲੌਗ ਦੇ ਨਾਲ ਅਤੇ ਜਾਂਦੇ ਜਾਂਦੇ ਜਿਹੜਾ ਬਲੌਗ ਵੇਖਿਆ ਉਹਨੂੰ ਲਾਈਕ ਕਰ ਜਿਓ ਚੈਨਲ ਨੂੰ ਸਬਸਕ੍ਰਾਈਬ ਕਰ ਜਿਓ ਅਤੇ ਕਹਿਣ ਜਿਹਾ ਕਮੈਂਟ ਕਰ ਜਿਓ ਮਿਲਦੇ ਹਾਂ ਫਿਰ ਇਹ ਸਨੈਪਚੈਟ 'ਤੇ ਗੇੜਾ ਮਾਰਿਆ ਕਰੋ ਕਿਉਂਕਿ ਜਿਹੜੀ ਚੀਜ਼ਾਂ ਸਨੈਪਚੈਟ 'ਤੇ ਹੁੰਦੀਆਂ ਉਹ ਵਲੌਗ 'ਚ ਨਹੀਂ ਪੈਣੀਆਂ ਹੁੰਦੀਆਂ ਜਾਣ ਮਿਲੀਏ ਉਹ ਸਨੈਪਚੈਟ 'ਤੇ ਹੀ ਆ ਅਤੇ ਜਿਹੜਾ ਜੀ ਚੀਜ਼ ਇੰਸਟਾ 'ਤੇ ਉਹ ਇੰਸਟਾ 'ਤੇ ਹੀ ਆ ਤਾਂ ਕਰਕੇ ਉੱਧਰ ਵੀ ਫੋਲੋ ਕਰਕੇ ਰੱਖੋ ਮਿਲਦੇ ਹਾਂ ਮਿਲੀਆਂ ਕੱਲ੍ਹ ਨਵੇਂ ਬਲੌਗ ਦੇ ਨਾਲ ਦੋ ਜਗ੍ਹਾ ਕਰਦੇ ਹਾਂ ਬਾਸ਼ੀ ਤਾਂ ਹੀ ਦੋ ਰਾਣੀ ਸੁੰਦਰਾਂ ਹੀ ਲੈ ਗਏ ਹਾਂ ਯਾਰ ਕੀ ਕੱਲ੍ਹ ਨੂੰ ਗੱਲਾਂ ਕਰਾਵਾਂਗੇ ਤੁਹਾਨੂੰ।